ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਸੁਝਾਅ ਕੀ ਆਇਆ, ਇੱਥੋਂ ਦੀ ਰਾਜਨੀਤੀ ਹੀ ਪੱਖ ਉੱਠੀ। ਕੀ ਕਾਰਨ ਹੈ ਕਿ ਇਹ ਐਡਾ ਵੱਡਾ ਮੁੱਦਾ ਹੈ? ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਮਾਇਨੇ ਕੀ ਹਨ? ਅਸੀਂ ਇਸ ਵੀਡੀਓ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ, ਨਾਲ ਹੀ ਇਹ ਵੀ ਦੱਸਾਂਗੇ ਕਿ ਵਿਦਿਆਰਥੀ ਖਾਸ ਤੌਰ 'ਤੇ ਇਸ ਮੁੱਦੇ ਦਾ ਵਿਰੋਧ ਕਿਉਂ ਕਰ ਰਹੇ ਨੇ ਅਤੇ ਉਹ ਕੌਣ ਲੋਕ ਨੇ ਜਿਹੜੇ ਇਸ ਮੁੱਦੇ ਦਾ ਸਮਰਥਨ ਕਰ ਰਹੇ ਨੇ। ਪੰਜਾਬ ਯੂਨੀਵਰਸਿਟੀ ਸਾਲ 1882 ਵਿੱਚ ਲਾਹੌਰ ਵਿੱਚ, ਬੰਬਈ, ਕਲਕੱਤਾ ਅਤੇ ਮਦਰਾਸ ਦੀਆਂ ਯੂਨੀਵਰਸਿਟੀਆਂ ਤੋਂ ਬਾਅਦ ਦੇਸ਼ ਵਿੱਚ ਚੌਥੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸ ਨੇ 1947 ਵਿੱਚ ਪੂਰਬੀ ਪੰਜਾਬ ਯੂਨੀਵਰਸਿਟੀ ਦੇ ਰੂਪ ਵਿੱਚ ਹੁਸ਼ਿਆਰਪੁਰ ਵਿੱਚ ਇੱਕ ਕੈਂਪਸ ਦੇ ਨਾਲ ਆਪਣਾ ਪ੍ਰਸ਼ਾਸਕੀ ਦਫ਼ਤਰ ਸੋਲਨ ਵਿੱਚ ਤਬਦੀਲ ਕਰ ਦਿੱਤਾ। ਪੰਜਾਬ ਯੂਨੀਵਰਸਿਟੀ ਨੂੰ 1956 ਵਿੱਚ ਚੰਡੀਗੜ੍ਹ ਦੇ ਮੌਜੂਦਾ ਕੈਂਪਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪਿਛਲੇ ਸਾਲਾਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਫੰਡਿੰਗ ਇੱਕ ਵੱਡਾ ਮੁੱਦਾ ਬਣ ਗਿਆ ਹੈ। ਪੰਜਾਬ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਕੀ ਹੈ? ਯੂਨੀਵਰਸਿਟੀ ਕੋਲ ਪੈਸਾ ਕਿੱਥੋਂ ਆਉਂਦਾ ਹੈ? ਕਿਹੜੀ ਸਰਕਾਰ ਕਿੰਨਾ ਪੈਸਾ ਯੂਨੀਵਰਸਿਟੀ ਨੂੰ ਦਿੰਦੀ ਹੈ? ਆਮਦਨੀ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੀ ਆਮਦਨ ਦਾ ਮੁੱਖ ਸਰੋਤ ਟਿਊਸ਼ਨ ਫੀਸ ਅਤੇ ਹੋਰ ਫੀਸਾਂ ਹਨ। ਯੂਨੀਵਰਸਿਟੀ ਦਾ 22-23 ਦਾ ਬਜਟ ਅਨੁਮਾਨ 1014 ਕਰੋੜ ਰੁਪਏ ਸੀ। ਪੂਟਾ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਯੂਨੀਵਰਸਿਟੀ ਨੂੰ ਕੇਂਦਰ ਤੋਂ 260 ਕਰੋੜ ਰੁਪਏ, ਆਪਣੇ ਸਰੋਤਾਂ ਤੋਂ 290 ਕਰੋੜ ਰੁਪਏ ਅਤੇ ਪੰਜਾਬ ਸਰਕਾਰ ਤੋਂ 42 ਕਰੋੜ ਰੁਪਏ ਮਿਲਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਹਰ ਸਾਲ 42 ਕਰੋੜ ਰੁਪਏ ਅਦਾ ਕਰ ਰਹੀ ਹੈ। ਪੂਟਾ ਦੇ ਅਹੁਦੇਦਾਰ ਕਹਿੰਦੇ ਹਨ ਕਿ ਅਜਿਹਾ ਨਹੀਂ ਹੈ। ਪੰਜਾਬ ਯੂਨੀਵਰਸਿਟੀ ਸਪੈਸ਼ਲੀ ਇਹਨਾਂ ਦੀ ਜਿਹੜਾ ਫੰਡਿੰਗ ਦਾ ਹੈ ਉਹ ਪੈਟਰਨ ਹੈ, ਉਹਦੇ ਵਿੱਚ ਜੋ ਟੀਚਰਸ ਦੀ ਸੈਲਰੀ ਆਉਂਦੀ ਹੈ, 1378 ਪੋਸਟਾਂ ਨੇ ਟੀਚਰਸ ਦੀਆਂ, ਉਹ ਪਹਿਲਾਂ ਹੀ ਸੈਂਟਰ ਸਰਕਾਰ ਤੋਂ ਆਉਂਦੀਆਂ UGC ਥਰੂ, ਅਤੇ ਉਸ ਤੋਂ ਉੱਪਰ ਬਹੁਤ ਸਾਰੇ ਨੌਨ ਟੀਚਰ ਇੰਪਲਾਈਜ਼ ਹੈ। 1378 ਨੂੰ 1.1 ਰੇਸ਼ੋ ਨਾ ਕਰ ਦਈਏ, 1500 ਕੁਛ ਨੌਨ ਟੀਚਰ ਇੰਪਲਾਈਜ਼ ਹੈ ਜਿਨ੍ਹਾਂ ਦੀਆਂ ਸੈਲਰੀਜ਼ ਸੈਂਟਰ ਗੌਰਮੈਂਟ ਤੋਂ ਹੀ ਆਉਂਦੀਆਂ, ਅਤੇ ਪੰਜਾਬ ਸਰਕਾਰ ਦਾ ਜਿਹੜਾ ਬਣਦਾ ਹਿੱਸਾ ਹੈ 40%, ਉਹ ਹੁੰਦੇ ਹੁੰਦੇ ਹੋਏ ਘੱਟ ਹੁੰਦਾ ਗਿਆ। ਅਤੇ ਅਗਰ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਪੰਜਾਬ ਸਰਕਾਰ ਨੇ 34 ਕਰੋੜ ਦਾ ਸਿਰਫ ਹਿੱਸਾ ਪਾਇਆ, ਜਦੋਂ ਕਿ ਟੋਟਲ ਬਜਟ ਜੋ ਪੰਜਾਬ ਦਾ ਸਾਲ ਦਾ ਹੈ ਉਹ 500 ਤੋਂ 600 ਕਰੋੜ ਦਾ ਹੈ। ਜਿਸ ਕਾਰਨ ਇਹ ਇੰਨਾ ਵੱਡਾ ਮੁੱਦਾ ਬਣਿਆ ਹੈ, ਇਸਦਾ ਕਾਰਨ ਕੀ ਹੈ? ਇਹ ਮੁੱਦਾ ਉੱਠਿਆ ਕਿੱਥੋਂ ਹੈ? ਪਿਛਲੇ ਮਹੀਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ PU ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕੇਂਦਰ ਨੂੰ ਨਿਰਦੇਸ਼ ਦਿੱਤੇ ਸੀ। ਅਦਾਲਤ ਦੇ ਨਿਰਦੇਸ਼ ਇੱਕ ਸੇਵਾ ਮੁਕਤ PU ਅਧਿਆਪਕ ਸੰਗੀਤਾ ਭੱਲਾ ਦੀ ਪਟੀਸ਼ਨ 'ਤੇ ਆਏ ਹਨ। ਉਹ 60 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਗਏ ਸਨ ਅਤੇ ਉਹਨਾਂ ਨੇ 65 ਸਾਲ ਤੱਕ ਸੇਵਾ ਵਧਾਉਣ ਦੀ ਮੰਗ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦਿੱਤੇ ਜਾਣ ਤੋਂ 1 ਮਹੀਨੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚਿੱਠੀ ਰਾਹੀਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਦਖਲ ਦੀ ਮੰਗ ਕੀਤੀ ਤਾਂ ਜੋ ਪੰਜਾਬ ਯੂਨੀਵਰਸਿਟੀ ਦੇ ਸੁਭਾਅ ਅਤੇ ਚਰਿੱਤਰ ਵਿੱਚ ਕਿਸੇ ਵੀ ਤਬਦੀਲੀ ਨੂੰ ਰੋਕਿਆ ਜਾ ਸਕੇ। ਵਿਦਿਆਰਥੀ ਇਸ ਮੁੱਦੇ ਦਾ ਕਿਉਂ ਵਿਰੋਧ ਕਰ ਰਹੇ ਹਨ? ਇਹ ਮੁੱਦਾ ਵਿਦਿਆਰਥੀਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਕੁਝ ਵਿਦਿਆਰਥੀ ਜਥੇਬੰਦੀਆਂ ਇਸ ਮੁੱਦੇ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ। ਕੁਝ ਨੇ ਇਸ ਨੂੰ ਦੇਸ਼ ਦੇ ਸੰਘੀ ਢਾਂਚੇ ਉੱਤੇ ਹਮਲਾ ਕਰਾਰ ਦਿੱਤਾ ਹੈ ਅਤੇ ਚੰਡੀਗੜ੍ਹ 'ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਹਾ ਹੈ।
ਇੱਕ ਕੰਟੀਨਿਊਸ ਅਟੈਕ ਵਾਂਗੂ ਇਹ ਓਪਰੇਟ ਕਰ ਰਿਹਾ ਸੀ ਕੈਂਪਸ ਦੇ ਅੰਦਰ ਕਿ ਯੂਨੀਵਰਸਿਟੀ ਦਾ ਸੈਂਟਰ ਸਟੇਟ ਰਿਲੇਸ਼ਨ ਜਿਹੜਾ ਹੈ ਉਹ ਬਹੁਤ ਹੀ ਕੰਪਲੈਕਸ ਕਰਦਾ ਇਹਦੀ ਫੰਕਸ਼ਨਿੰਗ ਨੂੰ, ਅਤੇ ਕਿਤੇ ਨਾ ਕਿਤੇ ਕੰਪਲੈਕਸ ਦੇ ਨਾਲ ਨਾਲ ਇਹ ਸ਼ਬਦ ਵੀ ਵਰਤਦੇ ਨੇ ਕਿ ਉਹਨਾਂ ਮਜ਼ਬੂਤ ਨਹੀਂ ਕਰਦਾ ਇੱਥੋਂ ਦੇ ਸਟਰਕਚਰ ਨੂੰ, ਤਾਂ ਸਾਨੂੰ ਇਸ ਨੂੰ ਸੈਂਟਰਲ ਯੂਨੀਵਰਸਿਟੀ ਦੇ ਅੰਦਰ ਤਬਦੀਲ ਕਰ ਦੇਣਾ ਚਾਹੀਦਾ ਹੈ। ਫਿਰ ਅੱਗੇ ਤਰ੍ਹਾਂ ਤਰ੍ਹਾਂ ਦੇ ਉਹ ਆਰਗੂਮੈਂਟ ਦਿੰਦੇ ਨੇ ਵੀ ਫੈਲੋਸ਼ਿਪ ਵਧੂਗੀ, ਟੀਚਰਸ ਦੀ ਤਨਖਾਹ ਵਧੂਗੀ, ਬਟ ਇਹਦੇ ਜਿਹੜੇ ਹੋਰ ਨੁਕਸਾਨ ਹੋਣਗੇ ਅਤੇ ਸਪੈਸ਼ਲੀ ਇੱਕ ਜਿਹੜੇ ਫੈਡਰਲ ਸਟਰਕਚਰ ਦੇ ਉੱਤੇ ਅਟੈਕ ਹੋਊਗਾ ਉਸ ਬਾਰੇ ਕੋਈ ਗੱਲ ਨਹੀਂ ਕਰਦਾ। ਉਸ ਬਾਰੇ ਕੈਂਪਸ ਦੇ ਅੰਦਰ ਦੇਖਿਆ ਜਾਵੇ ਤਾਂ ਜਿਹੜੇ ਵਿਦਿਆਰਥੀ ਨੇ ਉਹ ਅੱਜ ਪ੍ਰੋਟੈਸਟ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਸ ਡਿਮਾਂਡ ਨੂੰ ਲੈ ਕੇ ਕਿ ਪੰਜਾਬ ਨੂੰ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ, ਇਹ ਡਿਸਕਸ਼ਨ ਚੱਲਦੀ ਰਹੀ ਹੈ ਸਟੂਡੈਂਟਸ ਦੇ ਅੰਦਰ ਹੀ, ਪਰ ਅਥਾਰਿਟੀ ਦੇ ਅੰਦਰੋਂ ਇਹ ਕੰਟੀਨਿਊਸ ਪੁੱਛ ਰਿਹਾ ਹੈ ਕਿ ਇਹ ਯੂਨੀਵਰਸਿਟੀ ਨੂੰ ਸੈਂਟਰਲ ਦੇ ਅੰਦਰ ਤਬਦੀਲ ਕਰ ਦਿੱਤਾ ਜਾਵੇ। ਸਟੂਡੈਂਟਸ ਬਹੁਤ ਜ਼ਿਆਦਾ ਪ੍ਰੋਟੈਸਟ ਕਰ ਰਹੇ ਨੇ, ਕੀ ਕਾਰਨ ਹੈ, ਸਟੂਡੈਂਟਸ ਨੂੰ ਕੀ ਅਸਰ ਪੈਂਦਾ ਇਹਦੇ ਨਾਲ? ਮੈਨੂੰ ਲੱਗਦਾ ਕਿ ਇੱਕ ਤਾਂ ਜਿਹੜੀ ਵਧੀਆ ਗੱਲ ਹੁੰਦੀ ਹੈ ਕੈਂਪਸਿਸ ਦੀ ਅਤੇ ਇੱਕ ਐਜੂਕੇਸ਼ਨਲ ਅਦਾਇਰੇ ਜਿਨ੍ਹਾਂ ਦੀ, ਮੈਨੂੰ ਲੱਗਦਾ ਕਿ ਜਦੋਂ ਇਹ ਐਜੂਕੇਸ਼ਨ ਕੈਂਪਸਿਸ ਹੋਂਦ ਵਿੱਚ ਹੀ ਆਏ ਸੀ ਤਾਂ ਇਹਨਾਂ ਦਾ ਸੁਪਨਾ ਵੀ ਇਹੀ ਇਮੈਜਿਨ ਕੀਤਾ ਗਿਆ ਸੀ ਕਿ ਇੱਥੋਂ ਦੇ ਨੌਜਵਾਨ, ਇੱਥੋਂ ਦੀ ਜਿਹੜੀ ਇੱਕ ਪੀੜ੍ਹੀ ਪੈਦਾ ਹੋਏ ਉਹ ਕੌਨਸ਼ੀਅਸ ਹੋਏ, ਉਹ ਚੇਤਨ ਹੋਏ, ਨਾ ਕਿ ਕੇਵਲ ਆਪਣੇ ਮਸਲਿਆਂ ਨੂੰ ਲੈ ਕੇ ਬਲਕਿ ਹੋਰਾਂ ਦੇ ਮਸਲਿਆਂ ਨੂੰ ਲੈ ਕੇ ਵੀ। ਵਿਦਿਆਰਥੀ ਵੀ ਚਾਹੁਣ ਤਾਂ ਉਹ ਮਤਲਬੀ ਹੋ ਕੇ ਸੋਚ ਸਕਦੇ ਨੇ ਕਿ ਸਾਡੀ ਯੂਨੀਵਰਸਿਟੀ ਦੀ ਰੈਕੋਗਨੀਸ਼ਨ ਖੌਰੇ ਸਟੇਟ ਤੋਂ ਸੈਂਟਰ ਹੋ ਕੇ ਉੱਪਰ ਹੋ ਜਾਂਦੀ ਹੈ ਅਤੇ ਸਾਨੂੰ ਵਿਸ਼ਵ ਦੀ ਬਾਕੀਆਂ ਯੂਨੀਵਰਸਿਟੀਆਂ ਦੇ ਅੰਦਰ ਰੈਕੋਗਨੀਸ਼ਨ ਅਤੇ ਐਡਮਿਸ਼ਨ ਨੂੰ ਸਹਾਇਤਾ ਹੋਏਗੀ। ਲੇਕਿਨ ਇਹ ਚੇਤਨ ਵਿਦਿਆਰਥੀ ਨੇ ਜਿਹੜੇ ਕਿ ਸੋਚ ਰਹੇ ਨੇ ਕਿ ਜਿਹੜੇ ਕਿ ਸੋਚ ਰਹੇ ਨੇ ਤਾਂ ਸਵਾਲ ਕਰ ਰਹੇ ਨੇ ਕਿ ਸੈਂਟਰ ਅਤੇ ਸਟੇਟ ਵਿੱਚ ਕੋਈ ਉੱਤੇ ਅਤੇ ਥੱਲੇ ਕਿਵੇਂ ਹੋ ਸਕਦਾ ਆ, ਮਤਲਬ ਫੈਡਰਲ ਸਟਰਕਚਰ ਹੈ ਅਤੇ ਜਦੋਂ ਜਿਹੜੀ ਫੈਡਰਲ ਡਿਮਾਂਡ ਹੈ ਉਹਦੇ ਅੰਦਰੋਂ ਦੋਨੋਂ ਚੀਜ਼ਾਂ ਬਰਾਬਰ ਵੀ ਫੈਸਲੇ ਲੈ ਸਕਦੀਆਂ ਨੇ, ਉਹਦੇ ਅੰਦਰੋਂ ਸਟੇਟ ਦੇ ਵੀ ਕੁਛ ਹੱਕ ਨੇ, ਕੁਛ ਉਹਨਾਂ ਦੀ ਵੀ ਸੇ ਹੈ, ਉਹਨਾਂ ਦੇ ਵੀ ਹੱਕ ਹੈਗੇ ਨੇ ਆਪਣੀ ਡਿਸੀਜਨਸ ਲੈਣ ਦੇ, ਆਪਣੇ ਫੈਸਲੇ ਲੈਣ ਦੇ। ਅਧਿਆਪਕ ਚਾਹੁੰਦੇ ਹਨ ਕਿ ਉਹਨਾਂ ਨੂੰ ਕੇਂਦਰੀ ਸੇਵਾ ਸ਼ਰਤਾਂ ਅਤੇ ਕੇਂਦਰੀ ਸਕੇਲ ਦਿੱਤੇ ਜਾਣ, ਇਸ ਨਾਲ ਅਧਿਆਪਕਾਂ ਨੂੰ ਕੀ ਫਾਇਦਾ ਹੈ? ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਯਾਨੀ ਪੂਟਾ ਦੇ ਆਗੂਆਂ ਦਾ ਕਹਿਣਾ ਹੈ ਕਿ PU ਅਧਿਆਪਕਾਂ ਲਈ ਉਹਨਾਂ ਦੀ ਮੁੱਢਲੀ ਮੰਗ UT ਕਾਲਜ ਦੇ ਅਧਿਆਪਕਾਂ ਦੀ ਤਨਖਾਹ ਦੀ ਬਰਾਬਰੀ ਹੈ, ਕਿਉਂਕਿ ਇਹ ਤਨਖਾਹ ਉਹਨਾਂ ਦੇ ਕਾਲਜਾਂ ਤੋਂ ਵੀ ਘੱਟ ਹੋ ਗਈ ਹੈ। ਪੂਟਾ ਦੇ ਜਨਰਲ ਸਕੱਤਰ ਅਮਰਜੀਤ ਨੌਰਾ ਨੇ ਕਿਹਾ ਕਿ ਇਹ ਅਜੀਬ ਗੱਲ ਹੈ ਕਿ ਉਹਨਾਂ ਦੀ ਸੇਵਾ ਮੁਕਤੀ ਦੀ ਉਮਰ ਯੂਨੀਵਰਸਿਟੀ ਦੇ ਅਧੀਨ ਆਉਣ ਵਾਲੇ ਕਾਲਜਾਂ ਨਾਲੋਂ ਘੱਟ ਹੈ। ਪਹਿਲੀ ਡਿਮਾਂਡ ਹੈ ਕਿ 7th ਪੇ ਕਮਿਸ਼ਨ, ਜੋ ਮੈਂ ਕਿ ਪਹਿਲਾਂ ਹੀ ਦੱਸਿਆ, ਉਹ ਰਿਵਾਈਜ਼ਡ ਪੇ ਸਕੇਲ ਜਨਵਰੀ 2016 ਤੋਂ ਲਾਗੂ ਹੋਣੇ ਸੀ, ਹੁਣ ਅਸੀਂ ਕਿੱਥੇ ਪਹੁੰਚ ਗਏ 2022 ਤੱਕ। ਉਹ ਪੁਰਾਣਾ ਇੰਨੇ ਲੰਬੇ ਸਮੇਂ ਤੋਂ ਫਸਿਆ ਹੋਇਆ ਪੇਚ ਹੈ ਪੰਜਾਬ ਸਰਕਾਰ, ਉਹਨੂੰ ਅੱਜ ਤੱਕ ਕਿਉਂ ਨਹੀਂ ਖੋਲ੍ਹ ਪਾਈ? ਉਹਨੂੰ ਪੰਜਾਬ ਯੂਨੀਵਰਸਿਟੀ ਦੇ ਟੀਚਰਾਂ ਦਾ ਕੋਈ ਫਿਕਰ ਨਹੀਂ, ਉਹਨਾਂ ਨਾਲ ਡਿਸਕ੍ਰੀਮੀਨੇਸ਼ਨ ਕਿਉਂ ਕੀਤੀ ਜਾ ਰਹੀ ਹੈ? ਬਾਕੀ ਸਾਰੇ ਦੇਸ਼ ਦੇ ਵਿੱਚ ਉਹ ਸਕੇਲ ਲੱਗ ਚੁੱਕੇ ਆ, ਉਹ ਆਪਣੇ ਇੰਪਲਾਈਜ਼ ਨੂੰ ਸਕੇਲ ਦੇ ਚੁੱਕੇ ਆ ਰਿਵਾਈਜ਼, ਸਾਡੇ ਨਾਲ ਇਹ ਡਿਸਕ੍ਰੀਮੀਨੇਸ਼ਨ ਕਿਉਂ ਇਹ ਕੀਤੀ ਜਾ ਰਹੀ ਹੈ? ਅਤੇ ਦੂਜਾ ਜੋ ਹੈ ਮੁੱਦਾ ਕਿ UGC ਰੈਗੂਲੇਸ਼ਨ 2018 ਦੇ ਹਿਸਾਬ ਦੇ ਨਾਲ ਹੀ ਜੋ ਰਿਟਾਇਰਮੈਂਟ ਏਜ ਹੁੰਦੀ ਹੈ ਟੀਚਰ ਦੀ ਉਹ 60 ਤੋਂ 65 ਹੋ ਜਾਂਦੀ ਹੈ, ਜਿਹੜੀ ਕਿ ਅਗੇਨ UT ਦੇ ਕਾਲਜਸ ਦੇ ਵਿੱਚ ਉਹ ਇੰਪਲੀਮੈਂਟ ਹੋ ਗਈ। ਉਹ ਸੇਮ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਨੇ, ਅਤੇ ਇਹਦੇ ਵਿੱਚ ਇੱਕ ਕਿੰਨੀ ਹਾਸੋਹੀਣੀ ਗੱਲ ਲੱਗਦੀ ਆ ਕਿ ਜਿਹੜੇ ਅਫੀਲੀਏਟਡ ਕਾਲਜਸ ਆ ਉਹਨਾਂ ਦੀ ਜਿਹੜੀਆਂ ਸਰਵਿਸ ਕੰਡੀਸ਼ਨਸ ਉਹ ਬੈਟਰ ਹੋ ਗਈਆਂ UGC ਰੈਗੂਲੇਸ਼ਨ ਦੇ ਹਿਸਾਬ ਨਾਲ, ਜਿਹੜੀ ਯੂਨੀਵਰਸਿਟੀ ਆ ਉਹਦੇ ਵਿੱਚ ਸਰਵਿਸ ਕੰਡੀਸ਼ਨ ਦੀ ਹਾਲੇ ਕਲੈਰਿਟੀ ਨਹੀਂ ਆ ਰਹੀ, ਅਤੇ ਪੰਜਾਬ ਇਹਦੇ 'ਚ ਬਣਦਾ ਰੋਲ ਕਿਉਂ ਨਹੀਂ ਪੂਰਾ ਕੀਤਾ? ਇਸ ਕਦਮ ਦੇ ਮਾਇਨੇ ਕੀ ਹਨ, ਕੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਵੀ ਇਸ ਵਿਵਾਦ ਦੇ ਵਿੱਚ ਆ ਗਈਆਂ ਹਨ, ਇਹਨਾਂ ਪਾਰਟੀਆਂ ਦੀ ਦਲੀਲ ਕੀ ਹੈ? ਇਹ ਮੁੱਦਾ ਸਿਰਫ ਇੱਕ ਯੂਨੀਵਰਸਿਟੀ ਜਾਂ ਇੱਥੋਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੀਮਿਤ ਨਹੀਂ ਹੈ, ਕੁਝ ਪਾਰਟੀਆਂ ਤਾਂ ਇਸ ਨੂੰ ਪੰਜਾਬ ਦੇ ਹੱਕਾਂ ਨਾਲ ਜੋੜ ਕੇ ਵੇਖ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ
ਕਾਂਗਰਸ ਤੇ ਅਕਾਲੀ ਦਲ ਤੇ ਪੀਯੂ ਨੂੰ ਕੇਂਦਰ ਸਰਕਾਰ ਰਾਹੀਂ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਸਾਲ 2008 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ 'ਚ ਬਦਲਣ ਲਈ ਸਰਕਾਰੀ ਸਹਿਮਤੀ ਦਿੱਤੀ ਸੀ। 2008 'ਚ ਬਾਦਲ ਸਾਹਿਬ ਦੀ ਸਰਕਾਰ ਨੇ ਵੀ NOC ਦੇ ਦਿੱਤਾ ਸੀ ਕਿ ਕਰ ਲਓ, ਔਰ ਇਸੇ ਤਰੀਕੇ ਨਾਲ 2021 'ਚ ਇੱਕ ਹਾਈ ਪਾਵਰ ਕਮੇਟੀ, ਜਿਹੜੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਔਰ ਮੋਦੀ ਸਾਹਿਬ ਦੀ ਸਰਕਾਰ ਨੇ ਇੱਕ ਬਣਾਈ ਸੀ ਪੰਜਾਬ ਯੂਨੀਵਰਸਿਟੀ ਦੀਆਂ ਤਾਕਤਾਂ ਨੂੰ ਸੈਂਟਰਲਾਈਜ਼ ਕਰਨ 'ਚ, ਉਹਦੇ 'ਚ 2021 'ਚ ਪੰਜਾਬ 'ਚ ਕਾਂਗਰਸ ਸਰਕਾਰ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਨੇ ਪੰਜਾਬ ਦੇ ਇੰਟਰਸਟ ਨੂੰ ਅਣਦੇਖਾ ਕੀਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਕਥਿਤ ਕੇਂਦਰੀਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਹੱਕਾਂ ਉੱਤੇ ਇੱਕ ਤੋਂ ਬਾਅਦ ਇੱਕ ਡਾਕੇ ਮਾਰੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਯੂਨੀਵਰਸਿਟੀ 'ਤੇ ਮੌਜੂਦਾ ਸਰੂਪ ਵਿੱਚ ਕੋਈ ਵੀ ਤਬਦੀਲੀ ਨਾ ਹੋਣੀ ਯਕੀਨੀ ਨਾ ਬਣਾਈ ਗਈ ਤਾਂ ਉਹ ਕੋਈ ਵੀ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ। ਪੰਜਾਬੀ ਭਾਸ਼ਾ ਦੇ ਉੱਤੇ ਜਿਹੜਾ ਖਤਮ ਕਰਨ ਦਾ ਜ਼ੋਰ ਲੱਗਿਆ ਹੋਇਆ, ਬਾਕੀ ਜਿਹੜੇ ਪੰਜਾਬ ਦੇ ਹੱਕ ਨੇ ਇੱਕ ਇੱਕ ਕਰਕੇ ਚੰਡੀਗੜ੍ਹ ਦੇ ਵਿੱਚੋਂ ਸਾਡੇ ਖੋਹੇ ਜਾ ਰਹੇ ਆ। ਅਤੇ ਹੁਣ ਪੰਜਾਬ ਯੂਨੀਵਰਸਿਟੀ ਜਿਹਦੇ ਵਿੱਚ 250 ਦੇ ਕਰੀਬ ਸਾਡੇ ਕਾਲਜ ਜੁੜੇ ਹੋਏ ਆ ਔਰ ਜਿਹਦੇ ਵਿੱਚ ਸਾਡੇ ਸਿੰਡੀਕੇਟ ਦੇ ਮੈਂਬਰ ਨੇ, ਸਾਡੇ ਸੈਨਟ ਦੇ ਮੈਂਬਰ ਨੇ, ਉਹਨਾਂ ਨੂੰ ਵੀ ਬਾਹਰ ਕੱਢ ਕੇ ਅਤੇ ਨਰੋਲ ਕੇਂਦਰ ਦਾ ਜਿਹੜਾ ਕੰਟਰੋਲ ਸਥਾਪਿਤ ਕਰਕੇ ਮੈਂ ਸਮਝਦਾ ਪੰਜਾਬ ਨਾਲ ਇੱਕ ਬਹੁਤ ਵੱਡਾ ਧੱਕਾ ਕੀਤਾ। ਕੇਂਦਰ ਸਰਕਾਰ ਨੂੰ ਇਹਨਾਂ ਮਨਸੂਬਿਆਂ ਤੋਂ ਬਾਜ ਆਉਣਾ ਚਾਹੀਦਾ। ਫਿਲਹਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹਾਈਕੋਰਟ ਨੂੰ ਆਪਣੀ ਰਿਪੋਰਟ ਵਿੱਚ ਕੀ ਲਿਖਦੀਆਂ ਹਨ, ਸਭ ਦੀਆਂ ਨਿਗਾਹਾਂ ਇਸ 'ਤੇ ਹਨ। ਅਗਲੀ ਸੁਣਵਾਈ 30 ਅਗਸਤ ਨੂੰ ਹਾਈਕੋਰਟ ਵਿੱਚ ਹੋਣੀ ਹੈ। ਅਰਵਿੰਦ ਛਾਬੜਾ, BBC, ਚੰਡੀਗੜ੍ਹ।